ਤੇ ਪਰ ਪਿੱਛੋਂ ਅਸੀਂ ਪਾਕਿਸਤਾਨ ਤੋਂ ਆਏ ਆ ਤੇ ਅੰਮ੍ਰਿਤਸਰ ਅ ਕਈ ਰੁਕ ਗਏ ਪਰ ਅਸੀਂ ਕਰਨਾਲ ਆ ਲਾਗੇ ਕਿਉਂਕਿ ਇੱਧਰ ਏਰੀਆ ਲੋਟ ਆਇਆ ਪਰ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬੀ ਆ ਔਰ ਅਸੀਂ ਪੰਜਾਬੀ ਜਿਹਨੇ ਬੋਲ ਲਈ ਤਾਂ ਫਿਰ ਸਾਰਾ ਕੁਝ ਵਿੱਚ ਆ ਗਿਆ ਮੇਰੇ ਲਈ ਚੰਡੀਗੜੀ ਆਉਣਾ ਬੜਾ ਵੱਡੀ ਸੁਪਨਾ ਸੀ ਮੇਰਾ ਤੇ ਉਸ ਤਰ੍ਹਾਂ ਵੀ ਮੈਂ ਸੋਸ਼ਲਾਈਜ਼ ਥੋੜਾ ਜਿਆ ਕੱਟ ਹੀ ਰਹਿਣਾ ਵੀ ਜਿਵੇਂ ਸੋਸ਼ਲ ਮੀਡੀਆ ਨਾ ਤਾਂ ਯੂਐਸ ਕਰਦੀ ਏ ਨਾ ਨੋ ਹੀ ਕਹਿੰਦੀ ਏ ਇਸ ਮਾਮਲੇ ਦੇ ਵਿੱਚ ਸਦਾ ਸਲੋਹੀ ਰਹਿੰਦੀ ਏ ਮੇਰੇ ਕੋਲ ਰਿਪੋਰਟਾਂ ਮੇਰੇ ਮੈਸੇਜ ਸਾਰੇ ਡਿਲੀਵਰ ਹੋਏ ਉਪਰ ਦਿਲ ਦੇ ਆਊਟ ਬਾਕਸ ਵਿੱਚ ਸੈਂਡਿੰਗ ਰੱਖੀ ਬੈਠੀ ਏ ਹਏ ਮੈਂ ਕਿੰਨੇ ਪ੍ਰਪੋਜ਼ ਮੋੜਤੇ ਬਸ ਇੱਕ ਉਹਦੇ ਕਰਕੇ ਉਹ ਮੇਰਾ ਪ੍ਰਪੋਜ਼ਲ ਅਜੇ ਵੀ ਪੈਂਡਿੰਗ ਰੱਖੀ ਬੈਠੀ ਐ ਕਈ ਵਾਰੀ ਸੋਚਾਂ ਐਵੇਂ ਕਾ ਦਾ ਪਿਆਰ ਹੋ ਗਿਆ ਹੋਇਆ ਵੀ ਤਾਂ ਹੋਇਆ ਇੰਨਾ ਜ਼ਿਆਦਾ ਪਿਆਰ ਹੋ ਗਿਆ ਉਹਦੇ ਬਿਨਾਂ ਰਹਿਣਾ ਲੱਗੇ ਬੜਾ ਔਖਾ ਮੈਂ ਚੁੱਪ ਰਹਿ ਕੇ ਸਾਰ ਜਾਨੀਆਂ ਛੱਟ ਆਖ ਦਿਨ ਤੋੜੀ ਦੇਣੀ ਯਾਰੀ ਹਾਏ ਤੇ ਫੇ ਮਹਾਰ ਜਨੀਆਂ ਕੀ ਬਾਤ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਸਟੇਸ਼ਨ ਤੇ ਮੈਂ ਜੱਸੀ ਬੜੈਚ ਸੋ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਕੈਂਟ ਗੱਭਰੂ ਕੈਂਟ ਸਰਦਾਰ ਬਾਈ ਮਹਿਤਾਬ ਵੀਰ ਸਾਡੇ ਨਾਲ ਮੌਜੂਦ ਨੇ ਗੱਲਬਾਤਾਂ ਕਰਾਂਗੇ ਬਾਈ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਸਤੋ ਸਭ ਜੀ ਨਾ ਮੇਰੇ ਇੱਕ ਜਹਨ ਚ ਸਵਾਲ ਆਉਂਦਾ ਸੀ ਸ਼ਾਇਦ ਬਹੁਤੇ ਬੰਦੇ ਨੂੰ ਚੀਜ਼ ਨਾ ਪਤਾ ਹੋਵੇ ਕਿ ਬਾਈ ਹੋਰੀ ਹਰਿਆਣਾ ਤੋਂ ਕਰਨਾਲ ਤੋਂ ਨੇ ਹਨ ਪਰ ਤੁਹਾਡੇ ਲਫ਼ਜ਼ਾਂ ਦੇ ਵਿੱਚ ਤੁਹਾਡੇ ਪੈਰਾ ਵਿੱਚ ਮਤਲਬ ਪੰਜਾਬੀ ਝਲਕਦੀ ਹਾਲਾਂਕਿ ਚਲ ਬਹੁਤੇ ਪੰਜਾਬੀ ਹੈਗੇ ਆ ਉਹ ਪਰ ਇੱਕ ਕਦੇ ਟੱਚ ਨਹੀਂ ਤੁਹਾਡੇ ਚ ਆਇਆ ਹਨਾ ਸਿਰਫ ਬੜੀ ਠਾਠ ਜੀ ਮਲਵਈ ਜੀ ਥੋਡੀ ਬੁੱਲੀ ਜਾਈ ਕਿ ਕੀ ਰਾਜ ਕੀ ਹੋਏਗਾ ਪਤਾ ਨਹੀਂ ਯਾਰ ਮੈਂ ਪਲੱਸ 2 ਤੋਂ ਬਾਅਦ ਇੱਥੇ ਪੰਜਾਬ ਆ ਗਿਆ ਇੱਥੇ ਚੰਡੀਗੜ੍ਹ ਰਹਿਣ ਲੱਗ ਗਿਆ ਤੇ ਥੋੜੀ ਜੀ ਤਾਂ ਆਉਂਦੀ ਅਜੇ ਵੀ ਹਨਾ ਜਾਣਦੇ ਆ ਉੱਥੇ ਆ ਗਿਆਂ ਸੌ ਗਿਆਂ ਲੰਮਾ ਪਿਆ ਹਨਾ ਤੇ ਪਰ ਫਿਰ ਵੀ ਸ਼ਹادت ਇੱਥੇ ਜਾਰੀ ਦੋਸਤੀ ਇੰਦਰ ਦੇ ਜਿਆਦਾ ਗੱਲਾਂ ਬਾਤਾਂ ਉਹ ਜੀਆਂ ਕਰਨੀਆਂ ਤੇ ਪਰ ਪਿੱਛੋਂ ਅਸੀਂ ਪਾਕਿਸਤਾਨ ਤੋਂ ਆਏ ਆ ਤੇ ਅੰਮ੍ਰਿਤਸਰ ਅ ਕਈ ਰੁਕ ਗਏ ਪਰ ਅਸੀਂ ਕਰਨਾਲ ਆ ਲਾਗੇ ਕਿਉਂਕਿ ਇੱਧਰ ਏਰੀਆ ਲੋਟ ਆਇਆ ਸੋ ਦਾਦਾ ਜੀ ਹੁਣ ਇੱਥੇ ਆ ਗਏ ਜਿਹੜੀ ਸਾਡੀ ਬੈਲਟ ਆ ਉਹ ਬਹੁਤ ਪੰਜਾਬੀ ਨੇ ਆਈ ਥਿੰਕ 65% ਦਾ ਉਥੇ ਵਿਰਕੀ ਨੇ ਸਾਰੇ 70% ਹੀ ਹੋਣੇ ਆ ਬਾਕੀ ਵੜੈਚ ਵੀ ਨੇ ਤੁਸੀਂ ਵੜੈਚੋਂ ਅੱਛਾ ਮੇਰੇ ਨਾਨਕੇ ਵੜੈਚ ਆ ਮੇਰੇ ਪਾਪਾ ਦੇ ਨਾਨਕੇ ਵੜੈਚ ਆ ਅੱਛਾ ਜੀ ਉਹਨੇ ਤੇ ਮੇਰੀ ਭਾਬੀ ਜੀ ਵੜੈਚ ਆ ਸੋ ਵਿਰਕ ਤੇ ਵੜੈਚ ਆਪਸ ਵਿੱਚ ਜੋ ਸ਼ੁਰੂ ਤੋਂ ਹੀ ਜੁੜੇ ਹੋਏ ਨੇ ਕੀ ਬਤ ਤੇ ਅੱਜ ਅਸੀਂ ਵੀ ਜੁੜੇ ਆ ਦੇਖੋ ਇੰਟਰਵਿਊ ਕਰ ਰਹੇ ਆ ਸਬਪ ਕਰ ਰਹੇ ਆ ਤੇ ਬਸ ਮੈਨੂੰ ਇਹ ਹੁੰਦਾ ਕਿ ਚਲੋ ਹਰ ਜਗ੍ਹਾ ਵੀ ਨਾਮ ਲੈਣਾ ਕੋਈ ਜ਼ਰੂਰੀ ਨਹੀਂ ਹੂੰ ਉਹ ਪਤਾ ਹੀ ਹੁੰਦਾ ਸਾਰਿਆਂ ਨੂੰ ਆਪਾਂ ਕਿੱਥੋਂ ਆ ਔਰ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬੀ ਆ ਔਰ ਅਸੀਂ ਪੰਜਾਬੀ ਜਿਨੇ ਬੋਲੀ ਤੋ ਫਿਰ ਸਾਰਾ ਕੁਝ ਵਿੱਚ ਆ ਗਿਆ ਹੂੰ ਬਈ ਨਾ ਇੱਕ ਬੜੀ ਮਿੱਠੀ ਬੋਲੀ ਹੈਗੀ ਥੋੜਾ ਇੱਕ ਦੋ ਸ਼ਬਦ ਜੇ ਹਰਿਆਣਵੀ ਚ ਹੋ ਜੇ ਨੇ ਨਾ ਨਹੀਂ ਹਰਿਆਣਵੀ ਤਾਂ ਫਿਰ ਅਲੱਗ ਹੋਗੀ ਨਾ ਇਹ ਤਾਂ ਸਾਡੇ ਵਾਲੀ ਹੋਗੀ ਵੀ ਜਿਵੇਂ ਹੈਲੋ ਕੀ ਕਰਨ ਰਿਆ ਅੱਬਾ ਯਾਰ ਲੰਮਾ ਪਿਆ ਹਾਂ ਆ ਚੱਲ ਆ ਜਾ ਫਿਰ ਚਲੀਏ ਉਹ ਛੱਡ ਸ਼ਾਮੀ ਚੱਲਾਂਗੇ ਹਰਨ ਦੇ ਕੀ ਕਰੇਗਾ ਉੱਥੇ ਇਹ ਆ ਗਿਆ ਉਧਰ ਦਾ ਟੱਚ ਇੱਥੇ ਵਾਲੇ ਚਲੋ ਜੇ ਥੋੜਾ ਜਿਹਾ ਇਦਾਂ ਉਦਾਂ ਆ ਗਿਆ ਇਹ ਹੀ ਤਬਦੀਲੀ ਆ ਹੋਰ ਤਾਂ ਕੀ ਬਈ ਨਾ ਤੁਸੀਂ ਬੜੀ ਨਿੱਕੀ ਉਮਰ ਦੇ ਵਿੱਚ ਹੀ ਲੈਂਸ ਆ ਗਈ ਇੰਡਸਟਰੀ ਦੇ ਵਿੱਚ ਹਨਾ ਹਾਲਾਂਕਿ ਤੁਹਾਡੇ ਫਾਦਰ ਸਾਹਿਬ ਦਾ ਸੁਪਨਾ ਸੀਗਾ ਕਿ ਉਹ ਤੁਹਾਨੂੰ ਵੇਖਣਾ ਚਾਹੁੰਦੇ ਸੀਗੇ ਚਲੋ ਬੜੀ ਦੁੱਖ ਲੱਗਿਆ ਕਿ ਸੁਣ ਕੇ ਉਹ ਦੁਨੀਆ 'ਚ ਨਹੀਂ ਹੈਗੇ ਪਰ ਫਿਰ ਵੀ ਕਿਤਨਾ ਕਿਤੇ ਹੁਣ ਲੱਗਦੇ ਵੀ ਹਾਂ ਠੀਕ ਆ ਵੀ ਲੈਂਸ 'ਚ ਸਹੀ ਜਾ ਰਹੇ ਹਾਂ ਸਹੀ ਪਕੜ ਕਰ ਲੀ ਹਾਂ ਜੀ ਹਾਂ ਜੀ ਬਹੁਤ ਵਧੀਆ ਜਾ ਰਹੇ ਹਾਂ ਔਰ ਮੈਂ ਬਹੁਤ ਸੈਟੀਸਫਾਈ ਹਾਂ ਆਪਣੀ ਲਾਈਫ ਨੂੰ ਲੈ ਕੇ ਕਿਉਂਕਿ ਮੈਂ ਤਾਂ ਸ਼ੁਰੂ ਤੋਂ ਜਦੋਂ ਮੈਂ ਸਕੂਲ ਪੜਦਾ ਸੀ ਨਾ ਉਦੋਂ ਪਾਪਾ ਕਹਿੰਦੇ ਹੁੰਦੇ ਸੀ ਵੀ ਚਲ ਤੂੰ ਜਦੋਂ ਵੱਡਾ ਹੋਏਗਾ ਜਾਂ ਪਲੱਸ 2 ਤੋਂ ਬਾਅਦ ਤੈਨੂੰ ਚੰਡੀਗੜ੍ਹ ਛੱਡ ਕੇ ਆਉਂਗਾ ਮੇਰੇ ਲਈ ਚੰਡੀਗੜੀ ਆਉਣਾ ਬੜਾ ਵੱਡੀ ਸੁਪਨਾ ਸੀ ਮੇਰਾ ਯਾਰ ਮੈਂ ਉੱਥੇ ਜਾਊਂਗਾ ਉੱਥੇ ਜਾ ਕੇ ਮੈਂ ਸਿੱਖਾਂਗਾ ਫਿਰ ਮੈਂ ਗਾਣ ਮੇਰਾ ਗਾਣਾ ਆਊਗਾ ਸੋ ਜਦੋਂ ਚਲੋ ਮੈਂ ਆਉਣਾ ਸੀ ਉਹਨਾਂ ਦਿਨਾਂ ਦੇ ਵਿੱਚ ਪਾਪਾ ਗੁਜ਼ਰ ਗਏ ਤਾਂ ਡੈਥ ਹੋ ਗਈ ਪਰ ਮੈਨੂੰ ਇਹ ਸੀਗਾ ਕਿ ਚਲੋ ਹੁਣ ਉਹਨਾਂ ਦਾ ਇੱਕ ਸੁਪਨਾ ਤਾਂ ਮੈਂ ਪੂਰਾ ਜ਼ਰੂਰ ਕਰੂੰਗਾ ਚਾਹੇ ਮੈਨੂੰ ਜਿਵੇਂ ਮਰਜੀ ਮੁਸ਼ਕਲਾਂ ਬਹੁਤ ਆਈਆਂ ਕਿਉਂਕਿ ਆਪਾਂ ਇੱਕ ਜੱਟ ਪਰਿਵਾਰ ਤੋਂ ਸਾਡਾ ਮਾਹੌਲ ਨਹੀਂ ਸੀਗਾ ਗਾਇਕੀ ਨੂੰ ਲੈ ਕੇ ਨਾ ਤਾਂ ਪਹਿਲਾਂ ਅਸੀਂ ਕੋਈ ਤੇ ਮੈਨੂੰ ਸ਼ੌਂਕ ਸੀ ਸ਼ੁਰੂ ਤੋਂ ਮੈਂ ਸਕੂਲ ਦੇ ਵਿੱਚ ਬਹੁਤ ਗਾਇਆ ਅਸੀਂ ਭੰਗੜਾ ਵੀ ਕਰਦੇ ਹੁੰਦੇ ਸੀ ਸਕੂਲ ਦੇ ਵਿੱਚ ਬਸ ਉਹ ਫਿਰ ਇੱਕ ਰੁਝਾਨ ਜਿਹਾ ਪੈ ਗਿਆ ਫਿਰ ਮੈਂ ਕਿਹਾ ਵੀ ਨਹੀਂ ਹੁਣ ਤਾਂ ਇਹ ਕੰਮ ਕਰਨਾ ਹੋਰ ਹੋਣਾ ਨਹੀਂ ਮੇਰੇ ਤੋਂ ਕੋਈ ਤੇ ਘਰਦਿਆਂ ਨੂੰ ਵੀ ਪਤਾ ਸੀ ਵੀ ਨੇ ਗਾਇਕੀ ਨੂੰ ਹੀ ਜਾਣਾ ਸੋ ਪਹਿਲੇ ਦਿਨ ਤੋਂ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਤੇ ਸਾਰੇ ਪਰਿਵਾਰ ਨੇ ਮੇਰੇ ਦਾਦਕੇ ਜਿੰਨੇ ਵੀ ਪਿੰਡ ਰਹਿੰਦੇ ਆ ਤੇ ਅੱਜ ਦੇਖ ਲਓ ਇੰਨੇ ਸਾਲ ਹੋ ਗਏ ਅੱਜ ਵੀ ਬੈਠੇ ਆ ਭਈ ਤੁਹਾਡਾ ਸੁਭਾਅ ਵੇਖਣਾ ਬੜਾ ਸਾਊ ਜਿਹਾ ਸੁਭਾਅ ਲੱਗਦਾ ਤੁਸੀ ਲੱਗਦਾ ਨਹੀਂ ਕਿ ਸ਼ਰਾਰਤੀ ਹੋ ਮੋਗੇ ਕੋਈ ਸ਼ਰਾਰਤ ਕੀਤੀ ਹੈ ਬਚਪਨ ਸੇ ਜਿਆਦਾ ਵੀ ਚਲੋ ਹਰ ਬੰਦਾ ਹੀ ਸ਼ਰਾਰਤੀ ਹੁੰਦਾ ਔਰ ਜਿਹੜਾ ਕਲਾਕਾਰ ਹੋ ਉਹ ਤੇ ਵੈਸੀ ਬੜਾ ਸ਼ਰਾਰਤੀ ਹੈ ਤੇ ਜਦੋਂ ਅਸੀਂ ਜ਼ਿਆਦਾਤਰ ਪੁਰਾਣੇ ਜਿਹੜੇ ਜਿਨ੍ਹਾਂ ਨਾਲ ਦਿਲ ਮਿਲਿਆ ਜ਼ਿਆਦਾ ਜਿਵੇਂ ਮੇਰੇ ਸਕੂਲ ਵਾਲੇ ਅੱਜ ਵੀ ਹੁੰਦੇ ਨੇ ਚੰਡੀਗੜ੍ਹ ਇੱਥੇ ਮੇਰੇ ਕੋਲ ਰਹਿੰਦੇ ਆ ਦੋ ਤੋ ਤਿੰਨ ਦਿਨ ਤੇ ਜਿਹੜੇ ਆਪਣੇ ਹੋਰ ਵੀ ਕਈ ਮਿੱਤਰ ਨੇ ਕਈ ਕਈ ਕੈਰੈਕਟਰ ਨੇ ਸਾਡੇ ਚ ਅਸੀਂ ਜ਼ਰੂਰ ਹੱਸਾ ਟੱਡਾ ਚੱਲਦਾ ਹੀ ਹੈ ਤੇ ਸ਼ਰਾਰਤਾਂ ਤੇ ਫਿਰ ਆਪਣੇ ਹਾਨ ਪ੍ਰਵਾਨ ਨਾਲ ਹੀ ਹੁੰਦੀਆਂ ਨੇ ਉਦੋਂ ਤਾਂ ਚਲੋ ਮੇਰਾ ਇੱਕ ਸਭਾ ਆ ਕਿ ਮੈਂ ਥੋੜਾ ਜਿਹਾ ਕੱਟ ਕੈਮਰੇ ਨੂੰ ਵੀ ਕੱਟ ਥੋੜਾ ਜਿਹਾ ਕਰਦਾ ਤੇ ਉਸ ਤਰ੍ਹਾਂ ਵੀ ਮੈਂ ਸੋਸ਼ੀਅਲਾਈਜ਼ ਥੋੜਾ ਜਿਹਾ ਘੱਟ ਹੀ ਰਹਿਣਾ ਵੀ ਜਿਵੇਂ ਸੋਸ਼ਲ ਮੀਡੀਆ ਮੈਨੇ ਹੁੰਦਾ ਕਿ ਚਲ ਜਦੋਂ ਗਾਣਾ ਆਏ ਜਾਂ ਕੁਝ ਚੀਜ਼ ਆਏ ਉਹ ਆਪਾਂ ਇੰਟਰਵਿਊਜ਼ ਕਰ ਲਈਏ ਜਾਂ ਕੋਈ ਪ੍ਰਮੋਟ ਕਰੀਏ ਆਪਣੀ ਚੀਜ਼ ਨੂੰ ਵੀ ਗੱਲ ਕਰੀ ਨਾ ਤੁਹਾਡਾ ਪ੍ਰੋਪੋਜ਼ ਗਾਣੇ ਤੁਹਾਡਾ ਸਭ ਤੋਂ ਹਾਲੇ ਕਿ ਜਿੰਨੇ ਤੁਸੀਂ ਗਾਣੇ ਤੁਹਾਡੇ ਗਾਣੇ ਸਾਰੇ ਹਿੱਟ ਗਏ ਨੇ ਪਰ ਉਹ ਗੀਤ ਨਾ ਹਲੇ ਵੀ ਵੱਜਦਾ ਹੈ ਲੋਕਾਂ ਦੇ ਦਿਲਾਂ ਚ ਵੱਜਦਾ ਹੈ ਪਹਿਲਾਂ ਉਹਦੀ ਦੋ ਲਾਈਨਾਂ ਸੁਣਾ ਦਿਓ ਯਾ ਨਾ ਤਾਂ ਯੂਐਸ ਕਰਦੀ ਏ ਨਾ ਨੋ ਹੀ ਕਹਿੰਦੀ ਏ ਇਸ ਮਾਮਲੇ ਦੇ ਵਿੱਚ ਸਦਾ ਸਲੋ ਹੀ ਰਹਿੰਦੀ ਏ ਮੇਰੇ ਕੋਲ ਰਿਪੋਰਟਾ ਮੇਰੇ ਮੈਸੇਜ ਸਾਰੇ ਡਿਲੀਵਰ ਹੋਏ ਉਪਰ ਦਿਲ ਦੇ ਆਊਟ ਬਾਕਸ ਵਿੱਚ ਸੈਂਡਿੰਗ ਰੱਖੀ ਬੈਠੀ ਏ ਹਏ ਮੈਂ ਕਿੰਨੇ ਪ੍ਰਪੋਜ਼ ਮੋੜਤੇ ਬਸ ਇੱਕ ਉਹਦੇ ਕਰਕੇ ਉਹ ਮੇਰਾ ਪ੍ਰਪੋਜ਼ਲ ਅਜੇ ਵੀ ਪੈਂਡਿੰਗ ਰੱਖੀ ਬੈਠੀ ਹੈ ਹੁਣ ਤਾਂ ਨਹੀਂ ਪੈਂਡਿੰਗ ਹੋਣਾ ਹੁਣ ਤਾਂ ਕਰ ਲਿਆ ਹਾਂ ਚਲੋ ਨਹੀਂ ਅਜੇ ਹੋਣਾ ਅੱਛਾ ਅਜੇ ਅਜੇ ਥੋੜਾ ਟਾਈਮ ਲੱਗ ਰਿਹਾ ਮੈਨੂੰ ਆ ਕਿ ਚਲੋ ਇੱਕ ਵਾਰੀ ਵੈਲ ਸੈਟਲ ਜੇ ਹੋ ਜਾਈਏ ਤੇ ਫਿਰ ਉਹ ਵੀ ਕੰਮ ਜ਼ਰੂਰੀ ਹੈ ਚਲੋ ਉਹ ਵੀ ਕਰਾਂਗੇ ਭਾਈ ਲਾਕਡਾਊਨ ਨਾਲ ਲੱਗਿਆ ਸੀ ਟੁੱਡੀਆਂ ਫਿਲਮਾਂ ਵੀ ਅਨਾਊਂਸਮੈਂਟ ਹੋਣ ਵਾਲੀ ਸੀ ਗੱਲ ਪਰ ਉਹਨਾ 2 ਦੀ ਗੱਲ ਕਰ ਲਈਏ ਸੱਸ ਕੁੱਟਣੀ ਮਤਲਬ ਲਾਕਡਾਊਨ ਕਰਕੇ ਸ਼ਾਇਦ ਉਹ ਚੀਜ਼ਾਂ ਰੁਕ ਗਈਆਂ ਹਨ ਅਸੀਂ ਸ਼ੂਟ ਤਾਂ 2019 ਚ ਕਰ ਲਿਆ ਸੀ ਲਾਸਟ ਦੇ ਵਿੱਚ ਨਵੰਬਰ ਦਸੰਬਰ ਚ ਸ਼ੂਟ ਹੋ ਗਿਆ ਸੀ ਕੰਪਲੀਟ ਫਿਰ ਅਸੀਂ ਡਬਿੰਗ ਵੀ ਕੰਪਲੀਟ ਕਰ ਲਈ ਹੋਰ ਵੀ ਸਾਰੀਆਂ ਚੀਜ਼ਾਂ ਹੋ ਗਈਆਂ ਸਾਡੀ ਪਲੈਨਿੰਗ ਸੀ ਚਲੋ April May ਦੇ ਵਿੱਚ ਰਿਲੀਜ਼ ਕਰਾਂਗੇ 2020 ਚ ਉਹ ਚਲੋ ਉਸ ਬੱਬ ਬਣਿਆ ਕਰੋਨਾ ਆ ਗਿਆ ਤੇ ਮਾਹੌਲ ਹੀ ਨਹੀਂ ਠੀਕ ਹੋਇਆ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਹੋਰ ਹੀ ਚੀਜ਼ਾਂ ਵਿੱਚ ਕ੍ਰੀਏਟ ਹੋ ਗਈਆਂ ਅਜੇ ਤੱਕ ਵੀ ਵੇਟ ਆ ਕਿ ਚਲੋ ਸਭ ਠੀਕ ਹੋਵੇ ਫਿਰ ਆਪਾਂ ਰਿਲੀਜ਼ ਕਰਾਂਗੇ ਸਸ ਗੁੱਟਣੀ ਜਦੋਂ ਉਹਦੀ ਤੁਹਾਡੀ ਸਟੋਰੀ ਮਿਲਣਾ ਸ਼ੂਟ ਹੋਣਾ ਬਾਕੀ ਉਹਨਾਂ ਤੱਕ ਆ ਹੋ ਗਿਆ ਨਹੀਂ ਜੋ ਹੋ ਗਿਆ ਜੀ ਕੰਪਲੀਟ ਹੋ ਗਿਆ ਹੁਤਾ ਸਸਕੁਟਨੀ ਤਾਂ ਕੰਪਲੀਟ ਹੋ ਗਈ ਫਿਲਮ ਅੱਗੇ ਕੁਝ ਪ੍ਰੋਜੈਕਟਾਂ ਤੇ ਕੰਮ ਚੱਲ ਰਿਹਾ ਹੈ ਉਹ ਹੁਣ ਸ਼ੂਟ ਸ਼ੁਰੂ ਹੋਏਗਾ ਸਸਕੁਟਨੀ ਕਿੰਦਾ ਨਹੀਂ ਮਤਲਬ ਤੁਹਾਡਾ ਹਲੇ ਉਹ ਚੀਜ਼ ਨਾ ਮਤਲਬ ਵਾ ਪੈਣੀ ਹੈਗਾ ਨਾ ਕਹਿ ਜੀਣਾ ਉਹ ਰਿਸ਼ਤਾ ਬਣਾਈ ਦੋ ਡਾਲਿਓ ਤਾਂ ਹੀ ਤੁਸੀਂ ਐਡਾ ਪੰਗਾ ਲੈ ਲਿਆ ਹਾਂ ਨਹੀਂ ਨਹੀਂ ਇਹ ਤਾਂ ਸਬਜੈਕਟ ਅੱਛਾ ਸੀ ਫੈਮਿਲੀ ਐਂਟਰਟੇਨਮੈਂਟ ਹੈ ਔਰ ਮੈਨੂੰ ਨਾ ਆਪਣੇ ਆਪ ਨੂੰ ਇੱਕ ਬੜਾ ਵਧੀਆ ਲੱਗਾ ਕਿ ਮੈਨੂੰ ਗੁਰਪ੍ਰੀਤ ਖੁੱਗੀ ਭਾਜੀ ਨਿਰਮਲ ਰਿਸ਼ੀ ਮੈਂ ਅਨੀਤਾ ਦੇਵਗਨ ਵੱਡੀ ਸਟਾਰ ਕਾਸਟ ਨਾਲ ਮੈਨੂੰ ਡੈਬਿਊ ਕਰਨ ਦਾ ਮੌਕਾ ਮਿਲਿਆ ਨਾ ਜਦੋਂ ਤਾਂ ਮੈਂ ਸਮਝਿਆ ਕਿ ਵੀ ਐਮ ਲੱਕੀ ਕਿ ਮੈਨੂੰ ਪਹਿਲੀ ਫਿਲਮ ਹੀ ਇਹਨਾਂ ਦੇ ਨਾਲ ਕੰਮ ਕਰਨਾ ਔਰ ਮੈਂ ਉਸ ਸ਼ੂਟ ਤੇ ਮਹੀਨਾ ਡੇਢ ਜਦੋਂ ਅਸੀਂ ਰਹੇ ਤਾਂ ਮੈਨੂੰ ਬੜਾ ਕੁਝ ਮੈਂ ਕਈ ਵਾਰ ਡਾਇਲੋਗਸ ਡਿਲੀਵਰੀ ਮੈਂ ਪੁੱਛ ਲੈਣਾ ਕਰਨਾ ਭਾਜੀ ਨੂੰ ਭਾਜੀ ਮੈਨੂੰ ਕਿੱਦਾਂ ਬੋਲਾਂ ਕਿਵੇਂ ਵਧੀਆ ਲੱਗੇਗਾ ਤਾਂ ਉਹ ਇੱਕ ਹੈਲਪ ਹੋ ਜਾਂਦੀ ਹੈ ਨਾਲ ਇੱਕ ਉਹਨਾਂ ਦਾ ਆਸ਼ੀਰਵਾਦ ਰਿਹਾ ਮੇਰੇ ਨਾਲ ਤਾਂ ਮੈਨੂੰ ਬੜਾ ਵਧੀਆ ਫੀਲ ਹੁੰਦਾ ਸੀ ਸੈੱਟ ਤੇ ਬਸ ਉਹ ਇਸੇ ਪਿਆਰ 'ਚ ਹੀ ਆਪਾਂ ਫਿਲਮ ਸ਼ੂਟ ਕਰਤੀ ਹੂੰ ਸੋ ਵੀ ਗੱਲ ਕੀ ਔਖਾ ਕੀ ਲੱਗਿਆ ਹਨਾ ਮਤਲਬ ਤੁਸੀਂ ਗੀਤਾਂ ਦੇ ਵਿੱਚੋਂ ਨਿਕਲ ਕੇ ਆਏ ਹੋ ਤਾਂ ਫਿਲਮਾਂ ਤੱਕ ਦਾ ਸਫ਼ਰ ਔਖਾ ਸੀ ਜਾਂ ਠੀਕ ਸੀ ਨਹੀਂ ਜ਼ਿਆਦਾ ਨਹੀਂ ਮਹਿਸੂਸ ਹੋਇਆ ਥੋੜਾ ਜਿਹਾ ਮੈਂ ਨਰਵਸ ਤਾਂ ਹਰ ਬੰਦਾ ਹੋ ਹੀ ਜਾਂਦਾ ਕਿਉਂਕਿ ਮੈਂ ਗਾਣਿਆਂ ਤੋਂ ਬਾਅਦ ਇੱਕਦਮ ਏਡੀ ਵੱਡੀ ਛਲਾਂਗ ਮਾਰੀ ਆਪਾਂ ਫਿਲਮ ਦੇ ਵਿੱਚ ਥੋੜਾ ਜਿਹਾ ਕਈ ਵਾਰੀ ਨਰਵਸ ਹੋ ਜੀਦਾ ਸੀ ਯਾਰ ਆਹ ਡਾਇਲੋਗ ਪਤਾ ਨਹੀਂ ਕਿਵੇਂ ਬੋਲਿਆ ਜਾਊਗਾ ਜਾਂ ਬੋਲ ਉੱਪਰ ਜਦੋਂ ਸੀਨ ਸ਼ੁਰੂ ਹੁੰਦਾ ਸੀ ਨਾ ਮਾਹੌਲ ਇੰਨਾ ਵਧੀਆ ਹੋ ਜਾਂਦਾ ਸੀ ਸਾਰੇ ਜਣੇ ਇੱਕ ਦੂਜੇ ਨੂੰ ਇੰਨਾ ਕੋਆਪਰੇਟ ਕਰਦੇ ਸੀ ਉਹ ਆਪਣੇ ਆਪ ਹੀ ਡਾਇਲੋਗ ਡਿਲੀਵਰੀ ਵੀ ਵਧੀਆ ਆ ਜਾਣੀ ਆਪਣੇ ਆਪ ਹੀ ਬੈਠੇ-ਬੈਠੇ ਕੁਝ ਆਪਣੇ ਵੱਲੋਂ ਵੀ ਕਈ ਵਾਰੀ ਆਪਾਂ ਕਰ ਦਿੰਦੇ ਸੀ ਇੰਪਰੋਵਾਈਜ਼ ਵੀ ਇਹਦੇ ਵਿੱਚ ਅੱਛਾ ਆ ਆਪਾਂ ਨੇ ਨਹੀਂ ਵੀ ਲਿਖਿਆ ਉਹ ਵੀ ਕਈ ਵਾਰੀ ਬੋਲ ਦੇਦਾ ਸੀ ਉਹ ਸੀਨ ਹੋਰ ਵਧੀਆ ਹੋ ਜਾਂਦਾ ਸੀ ਉਹਦੇ ਨਾਲ ਹਾਂ ਤੇ ਇਹ ਨਾਲ ਜਦੋਂ ਚੰਗੀ ਕਾਸਟ ਹੋਵੇ ਤਾਂ ਫਿਰ ਈਜ਼ੀ ਹੋ ਜਾਂਦਾ ਬਿਲਕੁਲ ਵੀ ਗੀਤਾਂ ਦੀ ਗੱਲ ਕਰੀਏ ਤਾਂ ਤੁਹਾਡੀ ਚੋਣ ਬੜੀ ਚੰਗੀ ਹੁੰਦੀ ਹੈ ਹਨਾ ਮਤਲਬ ਕਿੱਦਾਂ ਸਿਲੈਕਟ ਕਰਦੇ ਹੋ ਪੂਰੀ ਟੀਮ ਦੇ ਨਾਲ ਬਹਿ ਕੇ ਡਿਸਕਸ਼ਨ ਕਰਦੇ ਹੋ ਵੀ ਹਾਂ ਚੀਜ਼ ਕੀਤੀ ਜਾਂਦੀ ਹੈ ਹਾਂਜੀ ਅਸੀਂ ਸਾਰੀ ਬੰਨੇ ਆ ਮੇਰੇ ਕਜ਼ਨ ਮੇਰੇ ਨਾਲ ਰਹਿੰਦੇ ਨੇ ਅਸੀਂ ਸਾਰੀ ਬੰਨੇ ਆ ਜਿਹੜਾ ਗਾਣਾ ਸਾਨੂੰ ਲੱਗੇ ਕਿ ਹਾਂ ਯਾਰ ਇਹ ਆਪਣੇ ਮਤਲਬ ਦਾ ਆ ਵੀ ਚੰਗੇ ਇਹਦੇ ਵਿੱਚ ਸ਼ਬਦ ਨੇ ਚੰਗੀ ਮਿਊਜ਼ਿਕ ਬਣ ਸਕਦਾ ਚੰਗੀ ਦੀ ਵੀਡੀਓ ਬਣਾਵਾਂਗੇ ਬਸ ਅਸੀਂ ਉਹ ਸ਼ੁਰੂ ਤੋਂ ਇਦਾਂ ਹੀ ਕੰਮ ਕਰੀ ਜਾਂਦੇ ਆ ਪ੍ਰਪੋਜ਼ਲ ਤੋਂ ਲੈ ਕੇ ਹਾਰ ਜਾਨੀਆਂ ਛਿੜਕਾਂ ਡਰਾਪ ਸੁਣੋ ਸਰਦਾਰ ਜੀ ਤਾਰਾ ਜਾਂ ਹੋਰ ਕਿੰਨੇ ਗੀਤ ਆਏ ਉਹ ਬਸ ਇਹ ਸੁਣ ਕੇ ਵਧੀਆ ਲੱਗਿਆ ਮਜ਼ਾ ਚੰਗੀ ਹੈ ਕਰਤਾ ਕੀ ਬਾਤਾਂ ਜਾਂਦੇ ਜਾਂਦੇ ਕੁਝ ਸੁਣਾ ਦਿਓ ਬਸ ਕੋਈ ਵੀ ਜੋ ਤੁਹਾਡੇ ਦਿਲ ਦੇ ਬੜਾ ਕਰੀਬ ਹੋ ਹਾਂਜੀ ਬਸ ਇਹੀ ਕਹੂੰਗਾ ਕਿ ਸ਼ੁਰੂ ਤੋਂ ਸਾਰਿਆਂ ਨੇ ਇਨਾ ਪਿਆਰ ਦਿੱਤਾ ਉਹ ਅੱਗੇ ਵੀ ਨਵੇਂ-ਨਵੇਂ ਚੀਜ਼ਾਂ ਅਸੀਂ ਲੈ ਕੇ ਆਉਂਦੇ ਰਵਾਂਗੇ ਤੇ ਕੀ ਸੁਣਾਵਾਂ ਕੁਝ ਵੀ ਜੋ ਤੁਹਾਨੂੰ ਚੰਗਾ ਲੱਵੇ ਮੈਂ ਤਾਂ ਵੈਸੇ ਚ ਵੈਸੇ ਨਹੀਂ ਮਿਲ ਕੇ ਹਾਰ ਜਾਣੀ ਐ ਸੁਣਾਉਂਦਾ ਅੱਛਾ ਕਈ ਵਾਰੀ ਸੋਚਾਂ ਐਵੇਂ ਕਾਹਦਾ ਪਿਆਰ ਹੋ ਗਿਆ ਹੋਇਆ ਵੀ ਤਾਂ ਹੋਇਆ ਇੰਨਾ ਜ਼ਿਆਦਾ ਪਿਆਰ ਹੋ ਗਿਆ ਉਦੇ ਬਿਨ ਨਰੇਣਾ ਲੱਗੇ ਬੜਾ ਔਖਾ ਮੈਂ ਚੁੱਪ ਰਹਿ ਕੇ ਸਾਰ ਜਾਨੀਆਂ ਛੱਟ ਆਖ ਦਿਨ ਤੋੜੀ ਦੇਣੀ ਯਾਰੀ ਹਾਇ ਉੱਥੇ ਫੇ ਮੈਂ ਹਾਰ ਜਾਨੀਆਂ ਕੀ ਬਾਤ ਹੈ ਥੈਂਕ ਯੂ ਤੁਹਾਡੀ ਆਵਾਜ਼ ਹੈ ਨਾ ਸਾਰਾ ਗੱਲਬਾਤ ਕਹਿ ਸਕਦੇ ਹੋ ਥੈਂਕ ਯੂ ਤੁਹਾਡਾ ਪਿਆਰ ਬਿਲਕੁਲ ਜੀ ਸਾਨੂੰ ਸਾਡੇ ਨਾਲ ਬਾਈ ਮਹਿਤਾਬ ਵਰਕ ਬੜੀ ਚੰਗੀ ਪਰਸਨੈਲਿਟੀ ਹੈ ਬਾਈ ਹੋਰਾਂ ਦੀ ਬੜਾ ਚੰਗਾ ਗਾਉਂਦੇ ਆ ਔਰ ਉਹਨੂੰ ਖਾਸ ਗੱਲ ਦੱਸ ਦਈਏ ਕਿ ਫਿਲਮਾਂ ਆ ਰਹੀਆਂ ਨੇ ਬਾਈ ਹੋਰਾਂ ਦੀਆਂ ਪ੍ਰੋਨਾ 2 ਦੀ ਗੱਲ ਕਰ ਲਈਏ ਜਾਂ ਸੱਸ ਕੁਟਨੀ ਦੀ ਗੱਲ ਕਰ ਲਈਏ ਬੜੀ ਵੱਡੀ ਸਟਾਰ ਕਾਸਟ ਹੋਊਗੀ ਔਰ ਕਹਿ ਦਈਏ ਕਿ ਬਾਈ ਹੋਰੀ ਦੀ ਐਂਟਰੀ ਬੜੀ ਜ਼ਬਰਦਸਤ ਹੋਊਗੀ ਫਿਲਮਾਂ ਦੇ ਵਿੱਚ ਕਿਉਂਕਿ ਐਡੇ ਵੱਡੇ ਸਟਾਰ ਕਾਸਟ ਦੇ ਨਾਲ ਇਹ ਫਿਲਮਾਂ ਦੇ ਵਿੱਚ ਆ ਰਹੇ ਨੇ ਕਿ ਵੱਡੀ ਐਂਟਰੀ ਹੋਊਗੀ ਬੜੇ ਰੋ ਸਾਡੇ ਨਾਲ ਵੇਖਦੇ ਰਹੋ ਚੈਨਲ ਪੰਜਾਬੀ ਟ੍ਰੇਸ਼ਨ